ਸਤਿ ਸ਼੍ਰੀ ਅਕਾਲ ਜੀ ਜੇ ਬੀ ਐਸ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਆਜ਼ਾਦ ਇਸ ਵਕਤ ਮੈਂ ਨੈਸ਼ਨਲ ਹਾਈਵੇ 703 ਦੇ ਉੱਪਰ ਬਿਲਾਸਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ ਔਰ ਹਾਦਸਾ ਜਿਹੜਾ ਸਵੇਰੇ 7:30 ਦਾ ਦੱਸਿਆ ਜਾ ਰਿਹਾ ਮੋਟਰਸਾਈਕਲ ਦਾ ਨੰਬਰ ਹੈਗਾ ਜੀ PB 2923 4367 ਅਤੇ ਦੂਜੇ ਪਾਸੇ ਗੱਡੀ ਦੇਖ ਸਕਦੇ ਹੋ ਸਵਿਫਟ ਕਾਰ ਆ ਜਿਸ ਦਾ ਨੰਬਰ ਆ PB09A H 5235 ਦੱਸਿਆ ਜਾ ਰਿਹਾ ਕਿ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਕੁਝ ਬੱਚੇ ਵੀ ਸੀ ਉਹ ਵੀ ਗੰਭੀਰ ਜ਼ਖਮੀ ਨੇ ਫਿਲਹਾਲ ਆ ਜਿਹੜੇ ਦੁਰਘਟਨਾ ਦੇ ਵਿੱਚ ਜ਼ਖਮੀ ਵਿਅਕਤੀ ਉਹਨਾਂ ਨੂੰ ਹੋਸਪਿਟਲ ਲਿਜਾਇਆ ਗਿਆ ਅਤੇ ਇਹ ਘਟਨਾ ਸਵੇਰੇ 7:30 ਦੱਸੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਸੇਫਟੀ ਲੈਡਰ ਹੁੰਦੇ ਨੇ ਉਹ ਵੀ ਬਾਹਰ ਆਏ ਹੋਏ ਨੇ ਅਤੇ ਮੋਟਰਸਾਈਕਲ ਵਾਲਿਆਂ ਦੇ ਜਿਹੜੀਆਂ ਗੰਭੀਰ ਸੱਟਾਂ ਵੱਜੀਆਂ ਨੇ ਇਹ ਨੈਸ਼ਨਲ ਹਾਈਵੇ 703 ਦੀਆਂ ਤਸਵੀਰਾਂ ਨੇ ਬਿਲਾਸਪੁਰ ਦੇ ਵਿੱਚ ਪੰਜਾਬ ਦਾ ਨੰਬਰ ਹੈ ਜੀ ਗੱਡੀ ਦਾ ਅਤੇ ਗੰਭੀਰ ਜ਼ਖਮੀ ਹੋਏ ਨੇ ਤਸਵੀਰਾਂ ਤੁਸੀਂ ਬਿਲਾਸਪੁਰ ਹਾਈਵੇ ਨੈਸ਼ਨਲ ਹਾਈਵੇ ਦੇ ਦੇਖ ਰਹੇ ਹੋ ਸਵਿਫਟ ਕਾਰ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਜਿਹੜਾ ਭਿਆਨਕ ਟੱਕਰ ਕਾਰਨ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਕਿ ਸਵੇਰੇ 7:30 ਦੀ ਇਹ ਜਿਹੜੀ ਦੁਰਘਟਨਾ ਹੋਈ ਹੈ ਜਿਸ ਦੇ ਵਿੱਚ ਬੱਚੇ ਵੀ ਗੰਭੀਰ ਜ਼ਖਮੀ ਨੇ ਫਿਲਹਾਲ ਜਿਹੜੀ ਪੁਖਤਾ ਜਾਣਕਾਰੀ ਸਾਡੇ ਕੋਲ ਨਹੀਂ ਆ ਜੇਕਰ ਕੋਈ ਜਾਣਕਾਰੀ ਰੱਖਦਾ ਤਾਂ ਕਮੈਂਟ ਜ਼ਰੂਰ ਕਰਿਓ ਕੁਝ ਲੋਕ ਕਹਿ ਰਹੇ ਨੇ ਕਿ ਬਚਾਅ ਹੋ ਗਿਆ ਲੱਗ ਰਿਹਾ ਜੀ ਬਚਾਅ ਹੋ ਗਿਆ ਹੋਵੇਗਾ ਫਿਲਹਾਲ 7:30 ਦੀ ਗੱਲ ਆ ਸਵੇਰ ਦੀ ਗੰਭੀਰ ਜ਼ਖਮੀ ਕਹਿ ਸਕਦੇ ਆ ਕਿਉਂਕਿ ਮੋਟਰਸਾਈਕਲ ਦੇਖ ਸਕਦੇ ਹੋ ਲਗਭਗ 500 ਮੀਟਰ ਦੀ ਦੂਰੀ ਤੱਕ ਜਿਹੜਾ ਚੱਕ ਕੇ ਮਾਰਿਆ ਗੱਡੀ ਨੇ ਅਤੇ ਦੱਸਿਆ ਜਾ ਰਿਹਾ ਕਿ ਛੋਟੇ ਛੋਟੇ ਬੱਚੇ ਵੀ ਸੀ ਸੋ ਦੇਖਣਾ ਹੋਵੇਗਾ ਕਿ ਜੋ ਸਾਡੇ ਕੋਲ ਪੁਖਤਾ ਜਾਣਕਾਰੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਆ ਜਿਹੜਾ ਮੋਟਰਸਾਈਕਲ ਆ ਉਹ ਸਾਹਮਣੇ ਤਾਂ ਤੁਸੀਂ ਦੇਖ ਸਕਦੇ ਹੋ ਬਿਲਾਸਪੁਰ ਦੀਆਂ ਤਸਵੀਰਾਂ ਵਾਲੇ ਨੈਸ਼ਨਲ ਹਾਈਵੇ 703 ਦੀਆਂ ਜੇਕਰ ਕੋਈ ਜਾਣਕਾਰੀ ਰੱਖਦਾ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਫਿਲਹਾਲ ਆ ਜੋ ਜ਼ਖਮੀ ਆ ਉਹਨਾਂ ਨੂੰ ਜ਼ੇਰੇ ਇਲਾਜ ਸਿਵਲ ਹੋਸਪਿਟਲ ਦੇ ਵਿੱਚ ਭੇਜਿਆ ਗਿਆ ਸੋ ਹੋਰ ਅਪਡੇਟਸ ਦੇ ਲਈ ਬਣੇ ਰਹੋ JBS ਟਾਈਮ ਦੇ ਨਾਲ